अगला विद्यार्थी। बॉबी। हाँ जी सर। मेरे वास्ते एक गिलास पानी लेके आई। सर असि इत्थे पढ़न आउने आ, काम करन नहीं। चल कोई नहीं, मैं आप ही ले आना, तू बैठ जा। नेक्स्ट। सॉरी सर, कापी घरे भुलिया। चल कोई नहीं, बह जा। अगला भाई। वेरी गुड, थैंक यू सर। ठीक है भाई, बाकी आप कल चेक करते हैं। ओके। ਬੈਂਗੀ ਵਿੱਚ ਬਿਠਾ ਕੇ ਅੰਨੇ ਮਾਂ ਪਿਓ ਨੂੰ ਤੀਰਥ ਸਥਾਨਾਂ ਵੱਲ ਲੈ ਜਾਂਦਾ ਹੈ ਅਤੇ ਰਸਤੇ ਵਿੱਚ ਉਸਦੇ ਮਾਪਿਆਂ ਨੂੰ ਪਿਆਸ ਲੱਗੀ। ਉਹਨਾਂ ਨੇ ਕਿਹਾ, ਸਰਵਣ ਪੁੱਤਰਾ ਸਾਨੂੰ ਪਾਣੀ ਤਾਂ ਪਿਆ ਦੇ। ਅਤੇ ਰਾਜਾ ਦਸ਼ਰਥ ਭੁਲੇਖੇ ਨਾਲ ਤੀਰ ਚਲਾਉਂਦਾ ਅਤੇ ਤੀਰ ਸਿੱਧਾ ਜਾ ਕੇ ਸਰਵਣ ਦੇ ਲੱਗਦਾ। ਸਰਵਣ ਅਤੇ ਅੱਗੇ ਮੰਮੀ ਜੀ, ਥੱਕਿਆ ਹੋਇਆ ਮੈਂ ਆਇਆ, ਦਾਦੀ ਜੀ ਨੇ। ਠੀਕ ਆ ਪੁੱਤ, ਉਹਨਾਂ ਲਈ ਮੈਂ ਹੋਰ ਲਿਆ ਦਿੰਦੀ ਆ। ਮੰਮੀ, ਭੁੱਖ ਬਹੁਤ ਲੱਗੀ ਆ, ਰੋਟੀ ਲਿਆ ਦੇ। ਮੰਮੀ ਬੈਠੋ ਇੱਥੇ। ਤੁਸੀਂ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਹੋ, ਉੱਥੇ ਜਾ ਕੇ ਕੀ ਮਿਲਦਾ? ਗੁਰਦੁਆਰੇ ਅਸੀਂ ਸੇਵਾ ਕਰਨ ਜਾਂਦੇ ਹਾਂ। ਸੇਵਾ ਕਰਨ ਨਾਲ ਕੀ ਹੁੰਦਾ? ਨਹੀਂ ਮੰਮੀ, ਮੈਂ ਸਵੇਰੇ ਸਕੂਲ ਜਾਣਾ ਹੁੰਦਾ, ਲੇਟ ਹੋ ਜਾਊਗਾ। ਚਲੋ ਠੀਕ ਆ, ਪਰ ਸਿਰਫ ਇੱਕ ਵਾਰੀ, ਬਸ ਉਸ ਤੋਂ ਬਾਅਦ ਨਾ ਮੈਨੂੰ ਕਿਹੋ। ਠੀਕ ਹੈ ਬੇਟਾ, ਮੈਂ ਹੁਣ ਗੁਰਦੁਆਰੇ ਚੱਲਦੀ ਹਾਂ। ਤਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਿਲੀ ਜੈ, ਹਰ ਪੰਖ ਲਗਾਏ ਮਿਲੀ ਜੈ, ਹਰ ਪੰਖ ਲਗਾਏ ਮਿਲੀ ਜੈ। ਤਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਿਲੀ ਜੈ, ਹਰ ਪੰਖ ਲਗਾਏ ਮਿਲੀ।
ਦਾਲ ਵਾਹਿਗੁਰੂ, ਦਾਲ ਵਾਹਿਗੁਰੂ। हां जी, तैयार हो गया तू? रोटी लियावां? नहीं मम्मी, आज मैं रोटी किचन च खाऊंगा। ले पुत्र, गरम गरम रोटी खा। मम्मी, दादी नूं पानी अज मैं फड़ा के आऊंगा। हलो दादी जी, पानी। पानी। थैंक यू। ठीक है बच्चों, आ वाला सवाल सॉल्व करो। कौन है पुत्रा? बापू जी सरवन। मेरे राम राय ज्यों रखे त्यों